ਵੀ ਕੰਮ ਤੁਸੀਂ ਕਰ ਰਹੇ ਹੋ ਬਹੁਤ ਵਧੀਆ ਕਰ ਰਹੇ ਹੋ ਬਹੁਤ ਠੀਕ ਕਰ ਰਹੇ ਹੋ ਪ੍ਰਾਚੀਨ ਕਾਲ ਸੇ ਹਮਾਰਾ ਦੇਸ਼ ਮੇ ਨਦੀਆਂ ਇੱਕ ਸੂਤਰ ਕੇ ਜੈਸੇ ਬਾਂਧਾ ਅਬ ਤੋ ਇੱਕ ਪ੍ਰਾਂਤ ਥਾ ਔਰ ਇੱਕ ਪ੍ਰਾਂਤ ਝਗੜਾ ਕਰ ਰਹਾ ਹੈ ਕਿਉਂ ਨਦੀਆਂ ਸਭ ਸੁੱਕ ਰਹਾ ਹੈ ਪਾਣੀ ਕਮ ਹੋ ਗਿਆ ਗੰਗਾ ਜੀ ਆਪ ਆਓਗੇ ਦੇਖੋ ਕਿਤਨੀ ਸੁੱਕ ਗਈ ਪੂਰੀ ਹਮ ਦੋਨੋਂ ਆਦਮੀ ਕੇ ਇੱਕ ਹੀ ਗਲਾਸ ਪਾਣੀ ਹੈ ਝਗੜਾ ਆਏਗਾ ਨਹੀਂ ਆਏਗਾ ਪਾਣੀ ਕੀ ਬਹੁਤ ਪ੍ਰੋਬਲਮ ਹੋ ਗਈ ਇਹ ਤਾਂ ਸਹੀ ਬਾਤ ਆ ਬਿਲਕੁਲ ਸਹੀ ਕਹਿ ਰਹੇ ਹੈ ਯੂਪੀ ਸੇ ਜ਼ਿਆਦਾ ਪੰਜਾਬ ਮੇ ਪ੍ਰੋਬਲਮ ਹੋ ਗਈ ਇਹ ਤਿੰਨ ਚਾਰ ਸਾਲ ਕੇ ਅੰਦਰ ਇਹ 150 ਫੁੱਟ ਪੇ ਪਾਣੀ ਚਲਾ ਗਿਆ ਪਹਿਲੇ 80 ਫੁੱਟ ਪੇ 60 ਫੁੱਟ ਪੇ ਪਾਣੀ ਚਲਾ ਸੋਲੂਸ਼ਨ ਵੀ ਹੈ ਕਰਨਾ ਹੈ ਇਸ ਲਈ ਰੈਲੀ ਫਿਰ ਰਿਕਵੈਸਟ ਕਰਤਾ ਇੱਕ ਕਾਲ ਦੇ ਤੋ ਨਹੀਂ ਹੋਗਾ ਪੂਰਾ ਪੰਜਾਬ ਪੂਰਾ ਪੰਜਾਬ ਨਹੀਂ ਹਮ ਪੰਜਾਬ ਮੇ ਆਪਣੇ ਏਰੀਏ ਮੇ ਵੀ ਜਾ ਕੇ ਸਭ ਬਤਾਏਂਗੇ ਔਰ ਸਭ ਕੁਝ ਸਭ ਇਹ ਬਾਤ ਹੈ ਜੇ ਮਿਸ ਕਾਲ ਦੋ ਕਰੋਗੇ ਆਪ ਐਸਨ ਮੈਂ ਹੈ ਨਾ ਮੈਂ ਤਾਂ ਮਗਾ ਕੋਈ ਬਾਤ ਨਹੀਂ ਮੈਂ ਸੋਚ ਮੇਰੇ ਪਾਸ ਹੈ ਨਾ ਕੋਈ ਟੈਨਸ਼ਨ ਇਹ ਕੀ ਹੈ ਆਟੋਮੈਟਿਕ ਹੋ ਗਿਆ ਹਾਂ ਨਹੀਂ महीने में दो टिप लगा साउथ इंडिया नहीं आए साउथ इंडिया आएंगे नदी राष्ट्रस्य महा